ਜੁਗੋ ਜੁਗ ਅਟਲ ਸਤਿਗੁਰੂ ਚੌਰ ਛੱਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਤੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਭਗਤੀ ਅਸਥਾਨ ਨਾਨਕਸਰ ਕਲੇਰਾਂ ਮੁੱਖ ਅਸਥਾਨ 'ਤੇ ਸਾਰੇ ਆਪਾਂ ਗੁਰੂ ਕੀ ਹਜ਼ੂਰੀ 'ਚ ਜੁੜੇ ਬੈਠੇ ਹਾਂ। ਪਿਆਰ ਸਹਿਤ ਮਿਲ ਕੇ ਸਾਰੇ ਇੱਕ ਵਾਰੀ ਗੁਰਫਤਿਹ ਸਾਂਝੀ ਕਰਦੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਹੀਦਾਂ ਦੇ ਸਿਰਤਾਜ ਗੁਰਬਾਣੀ ਦੇ ਬੋਹਿਤ ਸ਼ਾਂਤੀ ਦੇ ਪੁੰਜ ਬਾਣੀ ਦੇ ਰਚੈਤਾ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਮਹਾਨ ਸ਼ਹੀਦੀ ਦਿਹਾੜਾ ਹੈ, ਪਾਵਨ ਫੁਰਮਾਨ ਹੈ। ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਸੋ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਕਰੋੜ ਕਰੋੜ ਵਾਰ ਪ੍ਰਣਾਮ ਹੈ। ਇਸ ਤੋਂ ਅਗਲੀ ਬੇਨਤੀ ਜੋ ਆਪ ਜੀ ਨੇ ਭਲੀ ਭਾਂਤ ਸਰਵਣ ਕੀਤਾ ਪਹਿਲਾਂ ਵੀ ਪਤਾ ਹੈ, ਸ਼੍ਰੀਮਾਨ ਸੰਤ ਬਾਬਾ ਹਰਭਜਨ ਸਿੰਘ ਜੀ ਅਕਾਲ ਪੁਰਖ ਦੇ ਭਾਣੇ ਅਨੁਸਾਰ ਸਰੀਰ ਦਾ ਪਰਿਤਿਆਗ ਕਰ ਗਏ ਸਨ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਵੱਡੇ ਮਹਾਂਪੁਰਖਾਂ ਦੀ ਕਿਰਪਾ ਆਸ਼ੀਰਵਾਦ ਸਦਕਾ 16 ਸਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁੱਖ ਸੇਵਾ ਨਾਨਕਸਰ ਕਲੇਰਾਂ ਸਥਾਨ 'ਤੇ ਬੜੇ ਸਿਰੜ ਨਾਲ ਤਨ ਦੇਹੀ ਨਾਲ ਨਿਭਾਉਣਾ ਕੀਤੀ, ਬਹੁਤ ਵੱਡੀ ਕਾਲਨਾ ਕੀਤੀ। ਅਕਾਲ ਪੁਰਖ ਦਾ ਹੁਕਮ ਹੈ ਜੋ ਸਭ ਲਈ ਇੱਕ ਵਾਰ ਜ਼ਰੂਰ ਆਉਂਦਾ ਹੈ, ਸੋ ਹੁਕਮ ਅਨੁਸਾਰ ਮਹਾਂਪੁਰਖਾਂ ਨੇ ਸਰੀਰ ਤਿਆਗਣਾ ਕੀਤਾ। ਇਸ ਤੋਂ ਅਗਲੀ ਗੱਲ ਜੋ ਹੈ ਉਹ ਸੇਵਾ ਦੀ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਜਿਵੇਂ ਸਰਵਣ ਕੀਤਾ, ਧੰਨ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਅੱਗੇ ਆਪਣੇ ਕੋਲ ਰਹਿਣ ਵਾਲੇ ਪਿਆਰਿਆਂ ਸੇਵਾਦਾਰਾਂ ਮਹਾਂਪੁਰਖਾਂ 'ਤੇ ਬਖਸ਼ਿਸ਼ਾਂ ਕੀਤੀਆਂ, ਅਤੇ ਜੋ ਬਖਸ਼ਿਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁੱਖ ਸੇਵਾ ਦੀ ਧੰਨ ਬਾਬਾ ਕੁੰਦਨ ਸਿੰਘ ਜੀ ਨੂੰ ਬਖਸ਼ਿਸ਼ ਕੀਤੀ, ਝੋਲੀ ਪਾਈ ਅੱਗੇ ਸੰਤ ਬਾਬਾ ਭਜਨ ਸਿੰਘ ਜੀ ਵੱਡੇ, ਉਪਰੰਤ ਸੰਤ ਬਾਬਾ ਹਰਭਜਨ ਸਿੰਘ ਜੀ, ਉਹਨਾਂ ਤੋਂ ਅੱਗੇ ਜੋ ਸਾਰਿਆਂ ਨੇ ਬਾਗ ਬਾਬਾ ਕੁੰਦਨ ਸਿੰਘ ਜੀ, ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਵਰੋਸਾਏ ਸਾਰਿਆਂ ਨੇ ਮਿਲ ਕੇ ਇੱਕ ਦਿਨ ਆਖਰੀ ਵਿਚਾਰ ਮੀਟਿੰਗ ਵੀ ਕੀਤੀ 8 ਤਰੀਕ ਰਾਤ ਨੂੰ ਇਸੇ ਮਹੀਨੇ ਦੀ 8 ਨੂੰ। ਸਤਿਕਾਰਯੋਗ ਸੰਤ ਬਾਬਾ ਸੁਖਦੇਵ ਸਿੰਘ ਜੀ ਭੁੱਚੋ ਵਾਲੇ, ਸੰਤ ਬਾਬਾ ਸੇਵਾ ਸਿੰਘ ਜੀ, ਸੰਤ ਬਾਬਾ ਗੁਰਮੇਲ ਸਿੰਘ ਜੀ ਦਾਸ, ਬਾਬਾ ਬਲਵਿੰਦਰ ਸਿੰਘ ਜੀ, ਬਾਬਾ ਹਰੀ ਸਿੰਘ ਜੀ, ਭੈਣੀ ਜੀ, ਸਾਰਿਆਂ ਰਲ ਕੇ ਵਿਚਾਰ ਕੀਤੀ। ਵਿਚਾਰ ਦਾ ਸਿੱਟਾ ਇਹੋ ਹੀ ਨਿਕਲਿਆ, ਇਹੋ ਹੀ ਨਤੀਜੇ 'ਤੇ ਅਪੜਨਾ ਕੀਤਾ ਕਿ ਇਹ ਸੇਵਾ ਸਤਿਕਾਰਯੋਗ ਸੰਤ ਬਾਬਾ ਗੁਰਮੇਲ ਸਿੰਘ ਜੀ ਨਿਭਾਉਣ। ਇਹਦੇ ਵਿੱਚ ਕੋਈ ਦੋ ਚਿੱਤੀ ਵਾਲੀ ਗੱਲ ਨਹੀਂ, ਇਹਦੇ ਵਿੱਚ ਕੋਈ ਵਿਵਾਦ ਨਹੀਂ ਹੈ। ਵੈਸੇ ਵੀ ਜੋ ਹਰ ਪੂਰਨਮਾਸ਼ੀ 'ਤੇ ਧੰਨ ਬਾਬਾ ਆਨੰਦ ਸਿੰਘ ਜੀ ਅਤੇ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ 'ਤੇ ਜਿਹੜੇ ਇੱਥੇ ਸਮਾਗਮ ਹੁੰਦੇ ਨੇ, ਉਸ ਸਮੇਂ 'ਤੇ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਾਤਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹ ਸਰੂਪ ਇੱਧਰ ਲਿਆਉਣਾ, ਇੱਧਰੋਂ ਉੱਧਰ ਲਿਜਾਣਾ, ਇਹ ਸੇਵਾ ਲਗਭਗ 20 ਸਾਲ ਤੋਂ ਕਰਦੇ ਚਲੇ ਆ ਰਹੇ ਨੇ। ਫਿਰ ਉਸ ਤੋਂ ਬਾਅਦ ਵੀ ਕੋਈ 1.5-2 ਸਾਲ ਤੋਂ ਨਾਲ ਮਹਾਂਪੁਰਖਾਂ ਦੇ ਸੰਤ ਬਾਬਾ ਹਰਭਜਨ ਸਿੰਘ ਜੀ ਦੇ ਨਾਲ ਸਾਥ ਦਿੰਦੇ ਆਏ ਨੇ। ਤਕਰੀਬਨ 6 ਮਹੀਨੇ ਤੋਂ ਪੂਰੀ ਦੀ ਪੂਰੀ ਸੇਵਾ ਵੀ ਆਪ ਨਿਭਾ ਰਹੇ ਹਨ। ਅਸੀਂ ਸਾਰੇ ਆਪਣੇ ਵੱਲੋਂ ਇਹ ਬੇਨਤੀ ਕਰਦੇ ਹਾਂ ਕਿ ਜਿੰਨੇ ਸਤਿਕਾਰਯੋਗ ਪਾਵਨ ਪਵਿੱਤਰ ਅਸਥਾਨਾਂ ਤੋਂ ਸਿੰਘ ਸਹਿਬਾਨ ਆਏ ਨੇ, ਸੰਪਰਦਾਵਾਂ ਦੇ ਜਥੇਬੰਦੀਆਂ ਦੇ ਮੁਖੀ ਆਏ ਨੇ,
ਸਾਰਿਆਂ ਦਾ ਸਾਡਾ ਪਿਆਰ ਹੈ। ਗੁਰਬਾਣੀ ਦਾ ਪਾਵਨ ਫੁਰਮਾਨ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ। ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਸੋ ਉਹਨਾਂ ਹੁਕਮਾਂ ਅਨੁਸਾਰ ਦਾਸ ਵੀ ਬੇਨਤੀ ਕਰਦਾ, ਜਿਵੇਂ ਬਾਬਾ ਤਜਿੰਦਰ ਸਿੰਘ ਜੀ ਜਿੰਦੂ ਹੋਰਾਂ ਨੇ ਬੇਨਤੀ ਕੀਤੀ ਹੈ। ਸਾਰਿਆਂ ਮਿਲ ਕੇ ਇਵੇਂ ਵਿਚਾਰ ਕੀਤੀ ਹੈ ਕਿ ਸਤਿਕਾਰਯੋਗ ਸੰਤ ਬਾਬਾ ਗੁਰਮੇਲ ਸਿੰਘ ਜੀ ਨੂੰ ਹੁਣ ਅੱਜ ਦੁਸਹਿਰੇ ਦੇ ਸਮੇਂ 'ਤੇ ਦਸਤਾਰਬੰਦੀ ਹੋਏਗੀ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ, ਪਿਆਰ ਸਤਿਗੁਰ ਫਤਿਹ ਬੁਲਾਓ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।